ਚੋਣਾਂ ਸੰਬੰਧੀ ਸਾਰੀਆਂ ਤਿਆਰੀਆਂ ਮੁਕੰਮਲ। ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਏਗੀ ਪੋਲਿੰਗ। ਚੋਣ ਅਮਲਾ ਪੋਲਿੰਗ ਬੂਥਾਂ ਲਈ ਹੋਇਆ ਰਵਾਨਾ। 22 ਸਤੰਬਰ ਨੂੰ ਹੋਵੇਗੀ ਗਿਣਤੀ। ਡਿਪਟੀ ਕਮਿਸ਼ਨਰ ਸਰਦਾਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ 19 ਸਤੰਬਰ ਨੂੰ ਹੋਣ ਵਾਲੀਆਂ ਪੰਚਾਇਤ ਸਮਿਤੀ ਅਤੇ ਜ਼ਿਲ੍ਹਾ ਪ੍ਰੀਸ਼ਦ ਦੀ ਚੋਣਾਂ ਲਈ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਚੋਣ ਅਮਲੇ ਨੂੰ ਸੰਬੰਧਿਤ ਆਪਣੇ ਆਪਣੇ ਪੋਲਿੰਗ ਬੂਥਾਂ ਲਈ ਰਵਾਨਾ ਕਰ ਦਿੱਤਾ ਗਿਆ ਹੈ। ਵੋਟਾਂ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 22 ਸਤੰਬਰ ਨੂੰ ਹੋਵੇਗੀ। ਵਿਜ਼ਿਟ ਕੀਤਾ ਹੈ, ਕਿੱਦਾਂ ਲੱਗਿਆ ਸਭ ਕੁਝ ਇੱਥੇ? ਅੱਜ ਡਿਸਟ੍ਰੀਬਿਊਸ਼ਨ ਹੋਣਾ, ਤੁਹਾਨੂੰ ਪਤਾ ਹੀ ਹੈਗਾ ਸਾਰੇ ਜਿੰਨੀ ਵੀ ਪੋਲਿੰਗ ਪਾਰਟੀਜ਼ ਨੂੰ, ਉਹਦੇ ਕਰਕੇ ਆਪਾਂ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਨੇ, ਜਾਇਜ਼ਾ ਲੈ ਲਿਆ ਅਤੇ ਸਟਰੋਂਗ ਰੂਮ ਦਾ ਵੀ, ਕਾਊਂਟਿੰਗ ਸੈਂਟਰ ਦਾ ਵੀ, ਸਾਰਾ ਕੁਝ ਠੀਕ ਠਾਕ ਚੱਲ ਰਿਹਾ। ਵੀ ਮੇਰੇ ਖਿਆਲ ਤੋਂ ਇੱਥੋਂ ਪਾਰਟੀ ਮੂਵ ਕਰ ਜਾਣਗੀਆਂ, ਉਸ ਤੋਂ ਬਾਅਦ ਆਪਾਂ ਫਿਰ ਪੋਲਿੰਗ ਸਟੇਸ਼ਨ 'ਤੇ ਜਾ ਕੇ ਚੈੱਕ ਕਰਾਂਗੇ ਕਿ ਪੁਲਿਸ ਪ੍ਰਬੰਧ ਸਰ ਸਾਰੇ ਬੂਥਾਂ 'ਤੇ ਕਿੱਦਾਂ ਜੀ? ਸਾਰੇ ਬੂਥਾਂ 'ਤੇ ਐਸ ਪਰ ਨਾਰਮ ਸਿਕਿਉਰਿਟੀ ਲਗਾ ਦਿੱਤੀ ਗਈ ਹੈ। ਜਿਹੜੇ ਬੂਥਾਂ 'ਤੇ ਸਿਕਿਉਰਿਟੀ ਲੱਗੀ ਹੋਈ ਹੈ, ਇੱਥੋਂ ਸਕਾਊਟ ਕਰਕੇ ਉਹ ਲੈ ਕੇ ਜਾਣਗੇ ਪੋਲਿੰਗ ਸਟੇਸ਼ਨ 'ਤੇ, ਔਰ ਕੱਲ੍ਹ ਸ਼ਾਮ ਨੂੰ ਪੋਲਿੰਗ ਪੂਰੀ ਹੋਣ ਤੋਂ ਬਾਅਦ ਫਿਰ ਵਾਪਸ ਇੱਥੇ ਲੈ ਕੇ ਆਉਣਗੇ। ਥੈਂਕ ਯੂ ਸਰ। ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸਮਿਤੀ ਦੀਆਂ ਚੋਣਾਂ ਦਾ ਆਖਰੀ ਪੜਾਅ ਆ ਗਿਆ। ਅੱਜ ਸਾਰੀਆਂ ਟੀਮਾਂ ਪੋਲਿੰਗ ਪਾਰਟੀਆਂ ਜਿੰਨੀਆਂ ਨੇ ਅੱਜ ਆਪਣੇ ਡੈਸਟੀਨੇਸ਼ਨ 'ਤੇ ਪਹੁੰਚ ਜਾਣਗੀਆਂ। ਸਾਰੀ ਤਿਆਰੀ ਸਾਡੀ ਮੁਕੰਮਲ ਹੈ। ਕੱਲ੍ਹ ਨੂੰ ਵੋਟਾਂ ਇਹ ਪੈਣਗੀਆਂ। ਸਵੇਰ ਦਾ ਟਾਈਮ 8 ਵਜੇ ਤੋਂ ਸ਼ੁਰੂ ਹੋ ਕੇ 4 ਵਜੇ ਤੱਕ ਹੈ। ਜਿਹੜੇ ਕੋਈ ਵੋਟਰ 4 ਵਜੇ ਤੱਕ ਉਸ ਬੂਥ 'ਤੇ ਆ ਜਾਣਗੇ, ਉਹਨਾਂ ਨੂੰ ਵੀ ਵੋਟ ਪਾਉਣ ਦਾ ਅਖਤਿਆਰ ਹੈ। ਪੁਲਿਸ ਵੱਲੋਂ ਵੀ ਪੂਰੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ। ਮੈਂ ਅਤੇ SSP ਸਾਹਿਬ ਨੇ ਅਸੀਂ ਆਪਦੀ ਮੀਟਿੰਗ ਕਰਕੇ ਜਿੰਨੇ ਵੀ ਸੈਂਸਿਟਿਵ ਅਤੇ ਜਿੱਥੇ ਕੋਈ ਰੌਲਾ ਪੈਣ ਦਾ ਜਾਂ ਕੋਈ ਲੜਾਈ ਝਗੜੇ ਦਾ ਡਰ ਹੈ, ਉਹ ਅਸੀਂ ਏਰੀਆ ਆਈਡੈਂਟੀਫਾਈ ਕੀਤੇ ਆ ਅਤੇ ਉੱਥੇ ਡਬਲ ਪੈਟਰੋਲਿੰਗ ਕੀਤੀ ਹੈ। ਸੈਕਟਰ ਅਫਸਰ ਲਾਏ ਨੇ ਅਤੇ ਲੋਕਾਂ ਨੂੰ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਸਾਰੇ ਆਪਦਾ ਬਿਲਕੁਲ ਨਿਡਰ ਹੋ ਕੇ ਅਤੇ ਬਿਨਾਂ ਕਿਸੇ ਭੈ ਤੋਂ ਆਪਦੀ ਵੋਟ ਪ੍ਰਕਿਰਿਆ ਦੇ ਵਿੱਚ ਭਾਗ ਲਓ। ਸਾਡੇ ਜ਼ਿਲ੍ਹੇ ਵਿੱਚ ਜਿਹੜਾ 6 ਬਲਾਕਾਂ ਵਿੱਚ ਜਿਹੜੇ 3 ਬਲਾਕ ਪਹਿਲਾਂ ਸਬਸਿਡੀ ਨਾਲ ਕੱਲ੍ਹ 3 ਬਲਾਕਾਂ ਦੇ ਵਿੱਚ ਫੇਸਬੁੱਕ ਮਮਦੌੜ ਅਤੇ ਘਲਪੁਰ ਬਲਾਕਾਂ ਚੱਲ ਅਤੇ ਜਦ ਦੇਖੇ ਇੱਥੇ ਮਮਦੌੜ ਵਿੱਚ ਵੀ ਦੇਖ ਰਹੇ ਹੋ, ਸਾਰੇ ਅਰੇਂਜਮੈਂਟਸ ਹੋ ਚੁੱਕੇ ਹੈਗੇ ਔਰ ਅੱਜ ਪਾਰਟੀ ਡਿਸਚਾਰਜ ਕਰ ਲੈਂਦੇ ਜਾਣਗੇ। ਔਰ ਲਾਸਟ ਟਾਈਮ ਇਹਨਾਂ ਇਲੈਕਸ਼ਨ ਮਟੀਰੀਅਲ ਦੇ ਕੇ ਉਸ ਤੋਂ ਬਾਅਦ ਅਸੀਂ ਸਾਰੇ ਜਿੰਨੇ ਵੀ ਏਰੀਆ ਹੈਗਾ ਉਹ ਸਾਰਿਆਂ ਦੇ ਵਿੱਚ ਜਿਹੜੇ ਸਾਡੇ ਆਫਿਸਰ ਜਿਵੇਂ SDM ਗੁਰੂ ਹਸਨਾ ਹੈ ਜਾਂ SDM ਜੀਰਾ ਜਾਂ ਸਿੱਖ ਤਹਿਸੀਲਦਾਰ ਨੈਪਸਲ ਵਗੈਰਾ ਜਾਏਗੇ, ਉਹ ਸਾਡੇ ਕੋਲ ਐਕਸਟਰਾ ਸੀ ਉਹਨਾਂ ਨੂੰ ਮਿਲਾ ਕੇ ਇਸ ਇਲੈਕਸ਼ਨ 'ਚ ਲਾਇਆ ਤਾਂ ਕਿ ਉਹਨਾਂ ਦਾ ਲਾ ਐਂਡ ਆਰਡਰ ਮੇਨਟੇਨ ਕੀਤਾ ਜਾ ਸਕੇ। ਕੋਈ ਏਰੀਆ ਸੰਵੇਦਨਸ਼ੀਲ ਵੀ ਘੋਸ਼ਿਤ ਕੀਤੇ ਗਏ? ਸੰਵੇਦਨਸ਼ੀਲ ਅਸੀਂ ਕੀਤਾ ਕਿਉਂਕਿ ਅਸੀਂ ਕਿਉਂਕਿ ਸਾਡੇ ਕੋਲ ਉਹਨਾਂ ਇਲੈਕਸ਼ਨ ਕਿਉਂਕਿ ਤਕਰੀਬਨ 950 ਇਲੈਕਸ਼ਨ ਦੇ ਵਿੱਚੋਂ ਸਾਡੇ ਕੋਲ 281 ਪੋਲਿੰਗ ਬੂਥਾਂ 'ਤੇ ਇਲੈਕਸ਼ਨ ਹੋ ਰਹੀ ਹੈਗੀ, ਤਾਂ ਇਸ ਕਰਕੇ ਅਸੀਂ ਸਾਰੇ ਹੀ ਜਿੰਨੇ ਪੋਲਿੰਗ ਸਟੇਸ਼ਨ ਹੈ ਸਾਰਿਆਂ ਨੂੰ ਹੀ ਅਸੀਂ ਤਕਰੀਬਨ ਸੰਵੇਦਨਸ਼ੀਲ ਲੈਂਦੇ ਹੈਗੇ, ਕਿਉਂਕਿ ਜੋ ਪੋਲਿੰਗ ਸਟੇਸ਼ਨ ਦੇ ਉੱਪਰ ਆਪਾਂ ਮੰਨਦੇ ਵੀ ਉੱਥੇ ਕੋਈ ਸੈਂਸਿਟਿਵ ਹੈਗਾ ਜਾਂ ਨੋਨ ਸੈਂਸਿਟਿਵ ਹੈਗਾ, ਇਹ ਤਾਂ ਉਸ ਸਮੇਂ ਹਾਲਾਤ 'ਤੇ ਡਿਪੈਂਡ ਕਰਦਾ ਵੀ ਉਹੀ ਜਿਹੜਾ ਸੈਂਸਿਟਿਵ ਜਾਂ ਨੋਨ ਸੈਂਸਿਟਿਵ ਹੈਗੇ ਉਹ ਸੁਪਰ ਸੈਂਸਿਟਿਵ ਜਾਂ ਹਾਈਪਰ ਸੈਂਸਿਟਿਵ ਹੋ ਸਕਦਾ, ਇਸ ਕਰਕੇ ਹਾਲਾਤ 'ਤੇ ਡਿਪੈਂਡ ਆ। ਤਾਂ ਮੈਨੂੰ ਪੂਰੀ ਉਮੀਦ ਹੈ ਕਿ ਜਿਸ ਤਰ੍ਹਾਂ ਕਿ ਅਸੀਂ ਅਰੇਂਜਮੈਂਟ ਸਾਰੇ ਕੀਤੇ ਗਏ, ਜਿਸ ਤਰ੍ਹਾਂ ਨੋਮੀਨੇਸ਼ਨ ਦੇ ਟਾਈਮ 'ਤੇ ਵੀ ਸਾਡੇ ਜ਼ਿਲ੍ਹੇ ਵਿੱਚ ਜਿਹੜੇ ਪਿਛਲੀ ਨੋਮੀਨੇਸ਼ਨ ਪਾਈ ਗਈ ਸਾਡੀਆਂ ਇਲੈਕਸ਼ਨਸ ਵੀ ਜਿਹੜੀਆਂ ਹੈਗੀਆਂ ਪਿਛਲੀ। ਸਾਡੇ ਕੱਲ੍ਹ ਦੇ ਪ੍ਰੋਗਰਾਮ ਨੂੰ ਲੈ ਕੇ 1280 ਜਿਹੜੇ ਜਵਾਨ ਹੈਗੇ ਨੇ ਐਕਸਾ ਸਾਨੂੰ ਦਿੱਤੇ ਗਏ ਨੇ ਚੰਡੀਗੜ੍ਹ ਵੱਲੋਂ, ਔਰ ਸਾਡੇ ਹਰੇਕ ਆਫਿਸਰ ਕੋਲ SP ਸਾਹਿਬਾਨ ਕੋਲ 100 ਬੰਦਾ, DSP ਸਾਹਿਬਾਨ ਕੋਲ 50 ਬੰਦੇ, ਔਰ SHO ਕੋਲ ਵੀ 50 ਜਿਹੜੇ ਹੈਗੇ ਨੇ ਰਿਜ਼ਰਵਾਂ ਇਹ ਹੋਣਗੀਆਂ, ਔਰ ਡਿਊਟੀਜ਼ ਤੋਂ ਇਲਾਵਾ ਇਹ ਫੋਰਸ ਹੈਗੀ ਹੈ, ਡਿਊਟੀ ਸਾਡੀ ਬਹੁਤ ਵਧੀਆ ਸਾਰੀ ਲੱਗ ਗਈ ਹੈਗੀ ਹੈ, ਔਰ ਬਿਲਕੁਲ ਇਹ ਪੀਸਫੁਲ ਪੋਲਿੰਗ ਹੋਏਗੀ। ਸ਼ਰਾਰਤੀ ਅਨਸਰਾਂ ਨੂੰ ਨਜਿੱਠਣ ਦੇ ਲਈ ਕੱਲ੍ਹ ਕੀ ਕਾਰਵਾਈ ਹੋਏਗੀ? ਮੈਂ ਜਿਸ ਤਰ੍ਹਾਂ ਦੱਸਿਆ ਕਿ ਮੈਕਸੀਮਮ ਫੋਰਸ ਹੈਗੀ ਆ, ਸਾਡੀਆਂ ਪੈਟਰੋਲਿੰਗ ਪਾਰਟੀਜ਼ ਅਤੇ ਕੰਸਰਨਡ ਆਫਿਸਰਸ ਆਪਣੇ ਆਪਣੇ ਏਰੀਆ 'ਚ ਹੈਗੇ ਨੇ, ਔਰ ਇਹਨਾਂ ਨੂੰ ਏਰੀਆ ਵੰਡ ਦਿੱਤਾ ਗਿਆ ਹੈ, GO ਸਾਹਿਬਾਨ ਨੂੰ, SHO ਸਾਹਿਬਾਨ ਨੂੰ ਇਹਨਾਂ ਦੀਆਂ ਬੀਟਸ ਬਣਾ ਦਿੱਤੀਆਂ ਗਈਆਂ ਹੈਗੀਆਂ ਨੇ, ਔਰ ਕਿਸੇ ਕਿਸਮ ਦੀ ਅਣਸੁਖਾਵੀਂ ਘਟਨਾ ਜਾਂ ਸ਼ਰਾਰਤੀ ਅਨਸਰ ਨੂੰ ਅਸੀਂ ਬਖਸ਼ਾਂਗੇ। ਕੋਈ ਸੰਵੇਦਨਸ਼ੀਲ ਏਰੀਆ ਵੀ ਘੋਸ਼ਿਤ ਕੀਤਾ ਗਿਆ ਜਾਂ ਬੂਥ ਕੀਤੇ ਗਏ? ਕੁਛ ਹੈਗੇ ਨੇ, ਉੱਥੇ ਅਸੀਂ ਐਕਸਟਰਾ ਫੋਰਸ ਲਾਈ ਹੈਗੀ ਹੈ, ਉੱਥੇ ਸਾਡੇ DSP ਸਾਹਿਬਾਨ ਵੀ ਹਾਜ਼ਰ ਰਹਿਣਗੇ, ਜਿਹੜਾ ਵੀ ਅਟਮੋਸਟ ਸੈਂਸਿਟਿਵ ਹੈਗਾ, ਹਾਈਪਰ ਸੈਂਸਿਟਿਵ ਹੈਗਾ।
ठीक है, थैंक यू।